ਜਦੋਂ ਤੁਸੀਂ ਪਾਕਿਸਤਾਨ ਆਏ ਉਦੋਂ ਦੀ ਹਾਲਾਤ ਤੁਹਾਡੇ ਤੇ ਹੁਣ ਦੇ ਹਾਲਾਤ ਤੁਸੀਂ ਦੱਸਣਾ ਕਿ ਕੈਸੇ ਨੇ? ਉਦੋਂ ਹਾਲਾਤ ਬੜੀ ਗਰੀਬੀ ਸੀ, ਹਾਂ ਇੰਨੀ ਕੁ ਗਰੀਬੀ ਸੀ, ਇੱਕ ਟੈਮ ਰੋਟੀ ਖਾਂਦੇ ਹੈ ਨਾ ਅਤੇ ਦੂਸਰੇ ਟੈਮ ਨਹੀਂ ਸੀ ਲੱਗਦੀ, ਲੋਕ ਬੜੀਆਂ ਫਕਾਲਾਂ ਮਾਰਦੇ ਨੇ ਭਾਈ, ਬੜੇ ਲੈਣ ਲੈ ਕੇ ਹੁੰਦੇ ਸੀ, ਰੱਬ ਨੇ ਬੜਾ ਕਰਮ ਕੀਤਾ, ਉਹ ਹੀ ਜਾਣਦਾ ਹਾਂ ਭੁਲਾਉਂਦੇ ਨਹੀਂ, ਗਰੀਬੀ ਨਹੀਂ ਭੁਲਾਈ, ਉੱਥੇ ਰੱਖੀ ਆ, ਆਖਿਆ ਨਾ ਜੋ ਸਰਿਆ ਬਣਿਆ ਦਿੱਤਾ, ਇਹ ਨਹੀਂ ਆਖਿਆ ਵੀ ਨਾ ਰੱਬ ਦੇ ਰਾਹ ਦਿੱਤਾ ਹਰ ਚੀਜ਼ ਦਿੱਤੀ, ਇਹ ਰੱਬ ਦਿੱਤਾ, ਰੱਬ ਬੜਾ ਕੁਝ ਦਿੰਦਾ ਪਿਆ, ਅਤੇ ਬੱਚਿਆਂ ਦੀ ਤੰਦਰੁਸਤੀ ਤਾਂ ਇਹ ਬੜੀ ਖਤਮ ਕਰਦੇ ਨੇ, ਠੀਕ ਠਾਕ ਨੇ, ਇੱਕ ਟੀਚਰ ਹੈ ਲੱਗਾ ਦਾ